ਹੈਲੋ ਬਾਲਾਜੀ এডਿਊਕੇਸ਼ਨ ਪੁਆਇੰਟ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਲੈ ਕੇ ਆਇਆ ਜੀ ਇੱਕ ਨਵੀਂ ਅਪਡੇਟ ਹਾਂਜੀ 4 ਮਾਰਚ 2024 ਨੂੰ ਇਹ ਅਪਡੇਟ ਆਈ ਹੈ ਕਿਹਦੇ ਵੱਲੋਂ ਹੈ ਸਟਾਫ ਸਿਲੈਕਸ਼ਨ ਕਮਿਸ਼ਨ SSC ਦੇ ਵੱਲੋਂ ਆਈ ਹੈ ਕੀ ਹੈ ਜੀ ਪੋਸਟਾਂ ਆਈਆਂ ਨੇ ਜੀ ਕਿਹਦੀਆਂ ਸਬ ਇੰਸਪੈਕਟਰ ਦੀਆਂ ਕਿਹਦੇ ਵਿੱਚ ਦਿੱਲੀ ਪੁਲਿਸ ਦੇ ਵਿੱਚ ਅਤੇ ਸੈਂਟਰਲ ਆਰਮਡ ਪੁਲਿਸ ਫੋਰਸਿਸ ਦੇ ਵਿਚ ਹਾਂਜੀ ਪੋਸਟਾਂ ਆ ਜਾਣੇ ਜੇ ਮੈਂ ਗੱਲ ਕਰਾਂ ਇਹਦੇ ਆਨਲਾਈਨ ਐਪਲੀਕੇਸ਼ਨਸ ਤਾਂ ਇਹ ਕਦੋਂ ਤੋਂ ਭਰੇ ਜਾਣੇ ਸ਼ੁਰੂ ਹੋ ਜਾਣਗੇ ਜੀ 4 ਮਾਰਚ ਤੋਂ ਲੈ ਕੇ 28 ਮਾਰਚ ਤੱਕ ਭਰੇ ਜਾਣੇ ਇਹ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਲਾਸਟ ਡੇਟ ਆਨਲਾਈਨ ਫੀਸ ਦੀ ਕਦੋਂ ਹੈ ਜੀ 28 ਮਾਰਚ ਲਾਸਟ ਡੇਟ ਠੀਕ ਹੈ ਜੀ ਜੇ ਮੈਂ ਸੌਰੀ ਜਿਹੜੀ ਆਪਣੇ ਕੋਲੇ ਆਨਲਾਈਨ ਐਪਲੀਕੇਸ਼ਨ ਦੀ ਲਾਸਟ ਡੇਟ 28 ਹੈ ਤੇ ਫੀਸ ਦੀ ਲਾਸਟ ਡੇਟ 29 ਹੈ ਠੀਕ ਹੈ ਜੀ ਜੇ ਮੈਂ ਗੱਲ ਕਰਾਂ ਵਿੰਡੋ ਫਾਰ ਐਪਲੀਕੇਸ਼ਨ ਫਾਰਮ ਕਰੈਕਸ਼ਨ ਐਪਲੀਕੇਸ਼ਨ ਫਾਰਮ ਨੂੰ ਜੇ ਕਰੈਕਟ ਕਰਨਾ ਹੈ ਕੋਈ ਗਲਤੀ ਰਹੇਗੀ ਤਾਂ 30 ਮਾਰਚ ਤੱਕ ਉਹਦੀ ਲਾਸਟ ਜਿਹੜਾ 30 ਤੋਂ ਲੈ ਕੇ 31 ਦੇ ਵਿੱਚ ਵਿੱਚ ਤੁਸੀਂ ਕਰ ਸਕਦੇ ਹੋ ਜੋ ਤੁਹਾਡਾ ਕੰਪਿਊਟਰ ਬੇਸਡ ਇਗਜ਼ਾਮ ਹੋਊਗਾ ਤਾਂ ਪੇਪਰ ਦੀ ਡੇਟ ਵੀ ਇਹਨਾਂ ਨੇ ਨਾਲ ਹੀ ਦੱਸਦੀ ਵੀ 9 10 ਤੇ 13 ਮਈ 2024 ਨੂੰ ਕੀ ਹੋਊਗਾ ਜੀ ਇਗਜ਼ਾਮ ਹੋਊਗਾ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਜੋ ਸਬ ਇੰਸਪੈਕਟਰ ਜੀਡੀ ਦੀਆਂ ਪੋਸਟਾਂ ਆ ਜਾਂਦੀਆਂ ਸੀ ਆਪੀਐਫ ਦੇ ਵਿੱਚ ਤਾਂ ਇਹ ਕਿਹੜੀ ਪੋਸਟ ਹੈ ਜੀ ਆਪਣੇ ਕੋਲੇ ਗਰੁੱਪ ਬੀ ਦੀਆਂ ਪੋਸਟਾਂ ਨੇ ਠੀਕ ਹੈ ਜੀ ਲੈਵਲ 6 ਤੁਹਾਨੂੰ ਪੇ ਸਕੇਲ ਮਿਲੂਗਾ ਅੱਗੇ ਆਪਣੇ ਕੋਲ ਸਬ ਇਨਸਪੈਕਟਰ ਦੂਜੀ ਆਈਆ ਐਗਜ਼ੀਕਿਊਟਿਵ ਦੇ ਵਿੱਚ ਆਈਆ ਠੀਕ ਹੈ ਮੇਲ ਤੇ ਫੀਮੇਲ ਕਿੱਥੇ ਦਿੱਲੀ ਪੁਲਿਸ ਦੇ ਵਿੱਚ ਏ ਗਰੁੱਪ ਸੀ ਦੀਆਂ ਪੋਸਟਾਂ ਹੋਣੀਆਂ ਜੇ ਮੈਂ ਗੱਲ ਕਰਾਂ ਤਾਂ ਆਪਣੇ ਕੋਲੇ ਸਬ ਇਨਸਪੈਕਟਰ ਦੀਆਂ ਪੋਸਟਾਂ ਜਿਹੜੀਆਂ ਦਿੱਲੀ ਪੁਲਿਸ ਦੇ ਵਿੱਚ ਨੇ ਮੇਲ ਮਤਲਬ ਕਿ ਪੁਰਖਾਂ ਦੇ ਲਈ ਤਾਂ ਉਹ ਟੋਟਲ ਕਿੰਨੀਆਂ ਨੇ ਜੀ 125 ਨੇ ਇਹਨੂੰ ਤੁਸੀਂ ਦੇਖ ਸਕਦੇ ਹੋ ਵੀ ਕਿਹਦੇ ਕਿਹੜਾ ਰਿਜ਼ਰਵਡ ਹੈ ਕਿਹੜਾ ਓਪਨ ਹੈ ਠੀਕ ਹੈ ਕਿਹੜੇ ਡਿਪਾਰਟਮੈਂਟ ਜਿੱਤੇ ਫੀਮੇਲ ਲਈ ਕਿੰਨੀਆਂ ਨੇ ਸਿਰਫ ਕਹਾਟ ਪੋਸਟਾਂ ਨੇ ਤੇ ਜੇ ਗੱਲ ਕਰਾਂ ਸਬ ਇਨਸਪੈਕਟਰ ਜੀਡੀ ਦੇ ਵਿੱਚ ਸੀ ਤਾਂ ਉਹਦੇ ਵਿੱਚ ਆਪਣੇ ਕੋਲੇ ਕਿੰਨੀਆਂ ਨੇ ਜੀ 4001 आर ਨੇ ਤੇ 401 आर ਨੇ ਕਲੀਅਰ ਹੈ ਇਹ ਆਪਣੇ ਕੋਲੇ ਕਿੰਨੀਆਂ ਆਈਆਂ ਨੇ ਪੋਸਟਾਂ ਆਈਆਂ ਨੇ ਜੇ ਮੈਂ ਗੱਲ ਕਰਾਂ ਤੁਹਾਨੂੰ ਪਤਾ ਹੈ ਕਿ ਰਿਜ਼ਰਵੇਸ਼ਨ ਜਿਹਨੂੰ ਜੋ-ਜੋ ਮਿਲਦਾ ਹੋਰ ਰਿਜ਼ਰਵੇਸ਼ਨ ਇਹਦੇ ਵਿੱਚ ਵੀ ਐਪਲੀਕੇਬਲ ਹੋਊਗਾ ਜੇ ਆਪਾਂ ਅੱਗੇ ਜਾਂਦੇ ਆ ਤਾਂ ਆਪਾਂ ਨੂੰ ਪਤਾ ਹੈ ਕਿ ਉਹ ਨੈਸ਼ਨਲ ਸਿਟੀਜ਼ਨ ਹੋਣਾ ਚਾਹੀਦਾ ਹੈ ਇੰਡੀਆ ਦਾ ਇਹ ਸਾਰਾ ਕੁਝ ਤੁਹਾਨੂੰ ਪਤਾ ਹੈ ਏਜ ਲਿਮਟ ਕਿੰਨੀ ਹੈ ਜੀ ਆਪਣੇ ਕੋਲੇ ਜੇ ਮੈਂ ਗੱਲ ਕਰਾਂ ਏਜ ਲਿਮਟ ਦੀ ਤਾਂ 14/7/1988 ਤੋਂ ਜ਼ਿਆਦਾ ਵੱਡਾ ਉਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਅੱਗੇ ਜੇ ਆ ਜੀ ਆਪਾਂ ਤਾਂ ਕੈਟਾਗਰੀਆ ਸਾਰਾ ਕੁਝ ਦੱਸਿਆ ਹੋਇਆ ਵੀ ਏਜ ਰਿਲੈਕਸ਼ਨ ਤੁਹਾਨੂੰ ਕਿੰਨੀ ਕਿੰਨੀ ਮਿਲੂਗੀ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਕਿਹਦੇ ਵਿੱਚ ਲਾਇਕ ਕਰਦੇ ਹੋ ਓਕੇ ਤੇ ਅੱਗੇ ਆ ਜਣੇ ਆਪਾਂ ਇਹ ਸਾਰਾ ਕੁਝ ਇਹਨਾਂ ਨੇ ਇਹਦੇ ਬਾਰੇ ਦੱਸਿਆ ਹੋਇਆ ਜੋ ਵੀ ਤੁਹਾਨੂੰ ਰਿਜ਼ਰਵੇਸ਼ਨ ਵਗੈਰਾ ਮਿਲਦੀ ਹੈ ਅਪਲਾਈ ਤੁਸੀਂ ਇਸ ਦੇ ਉੱਤੇ ਜਾ ਕੇ ਵੈਬਸਾਈਟ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਲਾਸਟ ਡੇਟ ਮੈਂ ਤੁਹਾਨੂੰ ਦੱਸ ਚੁੱਕਾ ਕਿੰਨੀ ਹੈ ਜੀ 28 ਮਾਰਚ ਆਪਣੇ ਕੋਲੇ ਕੀ ਹੈ ਲਾਸਟ ਡੇਟ ਜੇ ਆਪਾਂ ਫੀਸ ਦੀ ਗੱਲ ਕਰੀ ਤਾਂ ਫੀਸ ਸਿਰਫ ਕਿੰਨੇ ਰੁਪਏ ਹੈ ਜੀ 100 ਰੁਪਿਆ ਫੀਸ ਹੈ ਤੇ ਜਿਹੜੇ ਰਿਜ਼ਰਵਸ ਕੈਟਾਗਰੀ ਦੇ ਵਿੱਚ ਨੇ ਉਹਦੇ ਵਿੱਚ ਆਪਣੇ ਕੋਲੇ ਕੀ ਹੈ ਫ੍ਰੀ ਹੈ ਠੀਕ ਹੈ ਉਹਨਾਂ ਨੂੰ ਕੋਈ ਵੀ ਫੀਸ ਨਹੀਂ ਹੈ ਅੱ ਤੋਂ ਬਾਅਦ ਦੱਸਿਆ ਹੈ ਕਿ UPI ਦੇ ਨਾਲ Net Banking ਦੇ ਨਾਲ ਤੁਸੀਂ ਫੀਸ ਨੂੰ ਪੇ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਣੇ ਕੋਲੇ ਫੀਸ ਦੇ ਬਾਰੇ ਦੱਸਿਆ ਗਿਆ ਹੈ ਅੱਗੇ ਜੇ ਮੈਂ ਗੱਲ ਕਰਾਂ ਤਾਂ ਇਹ ਸੈਂਟਰ ਨੇ ਜੀ ਕਿਹੜਾ ਕਿਹੜਾ ਸੈਂਟਰ ਕਿੱਥੇ ਕਿੱਥੇ ਆਊਗਾ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਇਹ ਤੁਹਾਨੂੰ ਪਤਾ ਹੀ ਹੋਊਗਾ ਕਿ ਇਹ ਸੈਂਟਰ ਦੀਆਂ ਪੋਸਟਾਂ ਨੇ ਜੀ ਠੀਕ ਹੈ ਸੈਂਟਰ ਗਵਰਨਮੈਂਟ ਲੈਂਦੀ ਹੈ ਪੰਜਾਬ ਦੀਆਂ ਪੋਸਟਾਂ ਇਹ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਿ ਸਕੀਮ ਆਫ ਐਗਜ਼ਾਮੀਨੇਸ਼ਨ ਤਾਂ ਐਗਜ਼ਾਮੀਨੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੋਊਗਾ ਜੀ ਪੇਪਰ 1 ਹੋਊਗਾ ਜਿਹਦੇ ਵਿੱਚ ਤੁਹਾਡੇ ਕੀ ਹੋਣਗੇ ਫਿਜ਼ੀਕਲ ਸਟੈਂਡਰਡ ਹੋਣਗੇ ਸੌਰੀ ਪੇਪਰ 1 ਹੋਊਗਾ ਉਸ ਤੋਂ ਬਾਅਦ ਤੁਹਾਡਾ ਕੀ ਹੋਊਗਾ ਫਿਜ਼ੀਕਲ ਹੋਊਗਾ ਉਸ ਤੋਂ ਬਾਅਦ ਪੇਪਰ 2 ਹੋਊਗਾ ਜੀ ਠੀਕ ਹੈ ਇਹ ਸਾਰਾ ਕੁਝ ਤੁਸੀਂ ਦੇ ਜੇ ਮੈਂ ਗੱਲ ਕਰਾ ਆਪਣੇ ਕੋਲੇ ਸਬਜੈਕਟ ਦੀ ਤਾਂ ਆਪਣੇ ਕੋਲੇ ਜਰਨਲ ਇੰਟੈਲੀਜੈਂਸ ਤੇ ਰੀਜ਼ਨਿੰਗ ਆਊਗੀ ਜੀ 50 ਨੰਬਰ ਦੀ ਠੀਕ ਹੈ 50 ਮਾਰਕਸਾਂ ਦੀ ਜੀਕੇ ਆਊਗੀ ਜੀ ਕੁਆਂਟਿਟਿਵ ਐਬਿਟੀਟਿਊਡ ਮਤਲਬ ਮੈਥ ਆਊਗਾ ਤੇ ਇੰਗਲਿਸ਼ ਕੰਪਰੀਹੈਂਸ਼ਨ ਆਊਗਾ ਇਹ ਸਾਰਾ ਕੁਝ ਤੁਹਾਨੂੰ 2 ਘੰਟੇ ਦੇ ਵਿੱਚ ਕਰਨਾ ਹੋਊਗਾ ਇਹ ਪੇਪਰ 1 ਹੈ ਜਿਹਦੇ ਪੇਪਰ 2 ਦੀ ਗੱਲ ਕਰਾਂ ਤਾਂ ਇੰਗਲਿਸ਼ ਲੈਂਗੁਏਜ ਤੇ ਕੰਪਰੀਹੈਂਸ਼ਨ ਆਊਗਾ ਜੀ 200 ਨੰਬਰ ਦਾ 200 ਮਾਰਕਸ ਦਾ ਇਹ ਵੀ ਕੀ ਹੋਊਗਾ ਜੀ 200 2 ਘੰਟਿਆਂ ਦਾ ਹੋਊਗਾ ਤੇ ਉਹ ਤੁਹਾਨੂੰ ਪਤਾ ਹੈ ਕਿ 1/4th ਦੀ ਆਪਣੇ ਕੋਲੇ ਕੀ ਹੋਊਗੀ 네ਗੇਟਿਵ ਮ ਹੋ ਵੀ ਸੋ ਇਹ ਆਪਣੇ ਕੋਲੇ ਕੀ ਆਈ ਹੋਈ ਹੈ ਜੀ ਪੂਰੀ ਦੀ ਪੂਰੀ ਪੋਸਟ ਆਈ ਹੋਈ ਹੈ ਇਹ ਇਨਾਂ ਨੇ ਸਿਲੇਬਸ ਦੱਸਿਆ ਹੋਇਆ ਹੈ ਇਹਦੇ ਵਿੱਚ ਹੀ ਫੁੱਲ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਸਿਲੇਬਸ ਦੇਖ ਸਕਦੇ ਹੋ ਉਹ ਤੋਂ ਇਲਾਵਾ ਇਹਨਾਂ ਨੇ ਆਪਣੇ ਕੋਲੇ ਕੀ ਦੱਸਿਆ ਹੋਇਆ ਹੈ ਵੀ ਫਿਜ਼ੀਕਲ ਮੀਜ਼ਰਮੈਂਟ ਦੇ ਵਿੱਚ ਤੁਹਾਨੂੰ ਕੀ ਕੀ ਹਾਈਟ ਚਾਹੀਦੀ ਹੈ ਕੀ ਕੋ ਸਾਰਾ ਕੁਝ ਚਾਹੀਦਾ ਹੈ ਇਹ ਸਾਰਾ ਕੁਝ ਤੁਸੀਂ ਇਸ ਪੋਸਟ ਦੇ ਵਿੱਚ ਦੇਖ ਸਕਦੇ ਹੋ ਸੋ ਇਹ ਬਹੁਤ ਵੱਡੀ ਪੋਸਟ ਹੈ ਜੀ ਜੋ ਮੇਨ ਮੇਨ ਕੰਮ ਅਸੀਂ ਆਪਾਂ ਨੇ ਤੁਹਾਨੂੰ ਦੱਸਤਾ ਸੋ ਇਹ ਤੋਂ ਇਲਾਵਾ ਜੇ ਕਿਸੇ ਦਾ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਆ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਤੁਹਾਨੂੰ ਫਾਰਮ ਭ ਇਹ ਆਪਣੇ ਕੋਲ ਫਾਰਮ ਦੀ ਇੱਕ ਕਾਪੀ ਦਿੱਤੀ ਹੋਈ ਆ ਠੀਕ ਆ ਜੀ ਸੋ ਕਿਸੇ ਦਾ ਵੀ ਕੋਈ ਡਾਊਟ ਹੋਵੇ ਸਾਡੇ ਦਿੱਤੇ ਗਏ ਨੰਬਰ ਉੱਤੇ ਕੰਟੈਕਟ ਕਰ ਸਕਦਾ ਹੈ ਸਾਡੇ ਟੈਲੀਗ੍ਰam ਚੈਨਲ ਨੂੰ ਜਰੂਰ ਜੁਆਇਨ ਕਰੋ ਥੈਂਕ ਯੂ ਵੈਰੀ ਮਚ